हेलो एवरीवन वेरी गुड इवनिंग टू ऑल वेलकम टू सक्सेसटी सफलता ਦੇ ਰੁਖ ਵਿੱਚ ਤੁਹਾਡਾ ਸਾਰਾ ਨਿੱਘਾ ਸਵਾਗਤ ਹੈ ਮੇਰਾ ਨਾਮ ਹੈ ਜਸਕਰਨ ਸਿੰਘ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਹੋਈ ਹੈ ਇਹ ਸੀਰੀਜ਼ ਸクセਸਟੀ YouTube ਦੇ ਚੈਨਲ ਤੇ ਸクセਸਟੀ ਪੰਜਾਬ YouTube ਚੈਨਲ ਤੇ ਰਾਤੀ 9 ਵਜੇ ਤੋਂ ਦੇਖਣ ਨੂੰ ਮਿਲੂਗੀ ਠੀਕ ਹੈ ਇਸ ਸੀਰੀਜ਼ ਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਜੋ ਆਪਾਂ ਮਾਰਨਿੰਗ ਦੇ ਵਿੱਚ ਕਰੰਟ ਅਫੇਅਰ ਕਵਰ ਕਰਦੇ ਉਹਨਾਂ ਦੇ ਇੱਕ ਬਹੁਤ ਹੀ ਜਲਦੀ ਕੁਇਕ ਰੀਜ਼ਨ ਕਹਜੋ ਜਾਂ ਸ਼ੋਰਟ ਰਿਵੀਜ਼ਨ ਕਹ ਲਓ ਮਤਲਬ ਰਿਵੀਜ਼ਨ ਕਰਨ ਲਈ ਇਹ ਸੈਸ਼ਨ ਸਟਾਰਟ ਕੀਤਾ ਗਿਆ ਹੈ ਰਿਵੀਜ਼ਨ ਕਿਸ ਫਾਰਮ ਦੇ ਵਿੱਚ ਕਰਾਂਗੇ ਰਿਵੀਜ਼ਨ ਆਪਾਂ ਸਾਰੀ ਐਮਸੀਕਿਊ ਫਾਰਮ ਦੇ ਵਿੱਚ ਕਰਾਂਗੇ ਜਿਹਦੇ ਵਿੱਚ ਮਾਰਨਿੰਗ ਦੇ ਵਿੱਚ ਕੀਤਾ ਆਪਾਂ ਜੋ ਸ਼ਾਮ ਤੱਕ ਆਪ ਨੂੰ ਯਾਦ ਹੈ ਜਾਂ ਨਹੀਂ ਹੈ ਜਾਂ ਉਹਦੇ ਬੇਸਿਸ ਤੇ ਕੁਝ ਕੁਐਸਚਨ ਟਵਿਸਟ ਕਰਕੇ ਜਿਹੜੇ ਆਪਾਂ ਬਣਾਏ ਓਕੇ ਚਲੋ ਫਿਰ ਇਸ ਸੈਸ਼ਨ ਦੀ ਸ਼ੁਰੂਆਤ ਕਰਦੇ ਨੇ ਦੇਖਨੇ ਅੱਜ ਦਾ ਸਭ ਤੋਂ ਪਹਿਲਾ ਕੁਐਸਚਨ ਹਾਂਜੀ ਸਭ ਤੋਂ ਪਹਿਲਾ ਕੁਸ਼ਣ ਦੇਖੋ ਅੱਜ ਦਾ ਆਪਣੇ ਕੋਲ ਕੀ ਹੈ ਸਭ ਤੋਂ ਪਹਿਲਾ ਕੁਸ਼ਣ ਹੈ ਵਿਚ ਸਟੇਟ ਹੈਜ਼ ਹਾਈएस्ट ਲਿਟਰੇਸੀ ਰੇਟ ਐਸ ਪਰ 2022 2022 ਦੇ ਅਕੋਰਡਿੰਗ 2022 ਦੇ ਅਕੋਰਡਿੰਗ ਦੱਸੋ ਕਿ ਹਾਈएस्ट ਲਿਟਰੇਸੀ ਜਿਹੜੀ ਰੇਟ ਹੈ ਉਹ ਕਿਹੜੀ ਸਟੇਟ ਦੀ ਹੈ ਜਾਂ ਕਿਹੜੀ ਯੂਟੀ ਦੀ ਹੈ ਵੈਸੇ ਉਹਦੇ ਤਾਂ ਲਿਖਿਆ ਹੀ ਸਟੇਟ ਹੋਇਆ ਨਾ ਵਿਚ ਸਟੇਟ ਤਾਂ ਆਪਾਂ ਯੂਟੀ ਵਾਲੇ ਪੋਰਸ਼ਨ ਦਾ ਵੈਸੇ ਹੀ ਕਰਦੇ ਨੇ ਠੀਕ ਹੈ ਕਿਉਂਕਿ ਇਹਦੇ ਵਿੱਚ ਦੋ ਜੁਟੀਸ ਆਪਾਂ ਨੂੰ ギਵਨ ਹੈ ਚਲੋ ਠੀਕ ਹੈ ਹੁਣ ਦੇਖੋ ਜੀ ਅਗਰ ਵੀ ਤਾਂ ਇਹਦੀ ਪਹਿਲਾ ਆਪਾਂ ਕੁਸ਼ਨ ਵਾਈ ਦੇਖ ਲੈਣਾ ਮੋਰਨੀ ਦੇ ਵਿੱਚ ਜੋ ਆਪਾਂ ਨਿਊਜ਼ ਕੀਤੀ ਸੀ ਉਹਦੇ ਬਾਰੇ ਦੇਖ ਲੈਣਾ ਵੀ ਨਿਊਜ਼ ਐਕਚੁਅਲੀ ਹੈ ਕੀ ਸੀ ਨਿਊਜ਼ ਐਕਸਪ੍ਰੈਸ ਸੀ ਕਿ ਇੱਕ ਡਿਸਟ੍ਰਿਕਟ ਹੈ ਪੂਲੰਪਾਰਾ ਇੱਕ ਜਗ੍ਹਾ ਹੈ ਪੂਲੰਪਾਰਾ ਕਿੱਥੇ ਕੇਰਲਾ ਦੇ ਵਿੱਚ ਹੁਣ ਇਸ ਪੂਲੰਪਾਰਾ ਜਿਹੜੀ ਜਗ੍ਹਾ ਦੇ ਵਿੱਚ ਹੈ ਇਹਦੇ ਵਿੱਚ ਇਹ ਜਾ ਹੋਇਆ ਕਿ ਉਹਤੇ ਜੀ ਖਾਸ ਕੀਤਾ ਜਾਵੇ ਤਾਂ ਇਹ ਕੇਰਲਾ ਦੀ ਸਭ ਤੋਂ ਪਹਿਲੀ ਕੀ ਕੇਰਲਾਸ ਫਰਸਟ ਫੁੱਲੀ ਡਿਜੀਟਲ ਪੰਚਾਇਤ ਇੱਕ ਕੇਰਲਾ ਦੀ ਸਭ ਤੋਂ ਪਹਿਲੀ ਫੁੱਲੀ ਡਿਜੀਟਲ ਪੰਚਾਇਤ ਬਣੀ ਹੈ ਇਹ ਵਾਲੀ ਜਗ੍ਹਾ ਕਿਹੜੀ ਜਗ੍ਹਾ ਪੂਲਮਪਾਰਾ ਕਿਹੜੀ ਜਗ੍ਹਾ ਪੂਲਮਪਾਰਾ ਉਹਦੀ ਗੱਲ ਕਰ ਰਹੇ ਹਾਂ ਠੀਕ ਹੈ ਉਹ ਕਿਹਦੀ ਬਣੀ ਕੇਰਲਾ ਦੀ ਜੋ ਕੇਰਲਾ ਦੀ ਸਭ ਤੋਂ ਪਹਿਲੇ ਬਣੀ ਤਾਂ ਉਹਨੇ ਵਿੱਚ ਕੀ ਹੈ ਕੰਤਰੀ ਦੀ ਵੀ ਸਭ ਤੋਂ ਪਹਿਲੀ ਬਣੀ ਹੈ ਤੋਂ ਦੇ ਵਿੱਚ ਕੀ ਆ ਗਿਆ ਕੰਤੀ ਦੀ ਵੀ ਸਭ ਤੋਂ ਪਹਿਲੀ ਬਣੀ ਹੈ ਲੇਕਿਨ ਇਸ ਇਹਦਾ ਇੱਕ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਵੀ ਜਿਹੜਾ ਇਹਦਾ ਪ੍ਰੋਜੈਕਟ ਸਟਾਰਟ ਹੋਇਆ ਸੀ ਕਿ ਉਸ ਪ੍ਰੋਜੈਕਟ ਦਾ ਕੀ ਨਾਮ ਸੀ ਉਹ ਜਿਹੜਾ ਪ੍ਰੋਜੈਕਟ ਸਟਾਰਟ ਹੋਇਆ ਸੀ ਪੂਲੰਪਾਰਾ ਦਾ ਵੀ ਇਹਨੂੰ ਫੁੱਲੀ ਡਿਸਟ੍ਰਿਕਟ ਪੰਚਾਇਤ ਬਣਾਣਾ ਹੈ ਉਹ ਪ੍ਰੋਜੈਕਟ ਦਾ ਕੀ ਨਾਮ ਸੀ ਤਾਂ ਉਹਦਾ ਨਾਮ ਕੀ ਆ ਜਾਊਗਾ ਡੀਜੀ ਪੂਲੰਪਾਰਾ ਠੀਕ ਹੈ ਉਹ ਪ੍ਰੋਜੈਕਟ ਕੀ ਸੀਗਾ ਡੀਜੀ ਪੂਲੰਪਾਰਾ ਸੀਗਾ ਜੋ 2021 ਦੇ ਵਿੱਚ ਸਟਾਰਟ ਹੋਇਆ ਸੀ ਠੀਕ ਹੈ ਅਗਸਟ 2021 ਦੇ ਵਿੱਚ ਸਟਾਰਟ ਹੋਇਆ ਸੀ ओके ਅਜਾ ਕੁਸ਼ਨ ਵੀ ਪੁੱਛ ਸਕਦਾ ਚਲੋ ਇਹ ਮਾਰਨਿੰਗ ਦੇ ਵਿੱਚ ਜੋ ਇਹਦਾ ਮਤਲਬ ਬੈਕ ਰੀਜ਼ਨ ਸੀਗਾ ਜੋ ਇਸ ਕੁਸ਼ਨ ਨੂੰ ਪੁੱਟ ਕਰਦਾ ओके ਉਹਨਾਂ ਕੁਸ਼ਨ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਪੁੱਛਿਆ ਹਾਈएस्ट ਲਿਟਰੇਸੀ ਰੇਟ ਦੇ ਵਿੱਚ ਕਿਹੜੀ ਸਟੇਟ ਹੈ ਤਔਰ ਵਿੱਚ ਆਪਣੇ ਕੋਲ ਕੀ ਆ ਜੂਗਾ ਕੇਰਲ ਆ ਜੂਗਾ ਸਭ ਤੋਂ ਪਹਿਲੇ ਨੰਬਰ ਤੇ ਕਿਹੜੀ ਆ ਜਾਂਦੀ ਹੈ ਕੇਰਲ ਆ ਜਾਂਦੀ ਹੈ ਜਿੱਦੇ ਸਭ ਤੋਂ ਜ਼ਿਆਦਾ ਕੀ ਹੈ ਲਿਟਰੇਸੀ ਰੇਟ ਰੇਟ ਹੈ ਮਤਲਬ ਪੜੇ ਲਿਖੇ ਲੋਕ ਨੇ ਲਿਟਰੇਟ ਦਾ ਕੀ ਮਤਲਬ ਹੁੰਦਾ ਹੈ ਪੜੇ ਲਿਖੇ ਲੋਕ ਇਲਿਟਰੇਟ ਦਾ ਕੀ ਮਤਲਬ ਹੁੰਦਾ ਜਿਹੜੇ ਅਨਪੜ੍ਹ ਲੋਕ ਹੁੰਦੇ ਆ ਲਿਟਰੇਟ ਮਤਲਬ ਨੰਬਰ ਆਫ ਕਿੰਨੇ ਪੜੇ ਲਿਖੇ ਲੋਕ ਨੇ ਤਾਂ ਉਂ ਜੇ ਆਪਾਂ ਲક્ષਦੀਪ ਦੀ ਗੱਲ ਕਰੀਏ ਲક્ષਦੀਪ ਕਿਹਦੇ ਵਿੱਚ ਆ ਜਾਂਦੀ ਹੈ ਯੂਟੀ ਦੇ ਵਿੱਚ ਆ ਜਾਂਦੀ ਹੈ ਤਾਂ ਯੂਟੀ ਦੇ ਵਿੱਚ ਅਗਰ ਆਪਾਂ ਨੂੰ ਪੁੱਛਿਆ ਜਾਵੇ ਯੂਟੀ ਦੇ ਵਿੱਚ ਕਿਹੜੀ ਹੈ ਜੀ ਯੂਟੀ ਹੈ ਜਿਹੜੀ ਸਭ ਤੋਂ ਜ਼ਿਆਦਾ ਲਿਟਰੇਟ ਹੈ ਤੌਰ ਦੇ ਵਿੱਚ ਆਪਣੇ ਕੋਲ ਕਿਹੜੀ ਆ ਜੂਗੀ ਲਕਸ਼ਦੀਪ ਆ ਜੂਗੀ ਠੀਕ ਹੈ ਜੇ ਆਪਨੇ ਤੋਂ ਐਡਾ ਪੁੱਛਿਆ ਜਾਵੇ ਕੋਈ ਐਜੀ ਸਟੇਟ ਦੱਸੋ ਜਿਹੜੀ ਲੀਸਟ ਮਤਲਬ ਲਿਟਰੇਟ ਰੇਟ ਹੋਵੇ ਸਭ ਤੋਂ ਘੱਟ ਲਿਟਰੇਟਡ ਹੋਵੇ ਤਾਂ ਉਹਦੇ ਵਿੱਚ ਆਪਣੇ ਕੋਲ ਕਿਹੜੀ ਸਟੇਟ ਆ ਜੂਗੀ ਬਿਹਾਰ ਆ ਜੂਗੀ ਜੇ ਆਪਣੇ ਤੋਂ ਇਹ ਪੁੱਛਿਆ ਜਾਵੇ ਕਿ ਹੈ ਜੀ ਕਿਹੜੀ ਯੂਟੀ ਹੈ ਜਿਹੜੀ ਸਭ ਤੋਂ लीस्ट लिटरेट है तो अपने को जूगी जम्मू एंड कश्मीर ठीक है वैसे यहाँ आंसर किया अपने ऑप्शन ए केरला क्लीयर चलो नैक्सट क्वेश्चन देखो इन विच स्टेट विल दर्ल्स लार्जस सफारी पार्क बी बिल्ट हूँ सफारी पार्क इन्हों स्टेट के बिल्ट हो जा रहा है ठीक है वो बारे पूछा उन्होंने पहली गल उ की लिखा वर्ल्स लार्जस सफारी पार्क वर्ल्ड लार्जसट सफारी पार्क जरा बिल्ट हो जा रहा मतलब इसको तो पहला भी कोई हैगा ਇਸ ਤੋਂ ਜਿਹੜਾ ਪਹਿਲਾ ਹੈਗਾ ਉਹ ਕਿੱਥੇ ਆ ਉਹਦੀ ਗੱਲ ਕਰੀ ਤਾਂ ਆਪਣੇ ਕੋਲ ਕੀ ਆ ਜੂਗਾ ਉਹ ਚਾਰਜਰ ਦੇ ਵਿੱਚ ਚਾਰਜਰ ਕਿੱਥੇ ਹੈ ਯੂਏ ਦੇ ਵਿੱਚ ਚਾਰਜਰ ਕਿੱਥੇ ਹੈ ਯੂਏ ਦੇ ਵਿੱਚ ਹੁਣ ਇਹਦੀ ਗੱਲ ਕਰੀਏ ਜਿਹੜਾ ਉਰੇ ਮਤਲਬ ਸਫਾਰੀ ਪਾਰਕ ਹੈ ਉਹ ਕਿੰਨਾ 2000 ਏਕੜ ਦੇ ਵਿੱਚ ਬਣਿਆ ਹੋਇਆ ਹੈ ਕਿੰਨਾ ਬਣਿਆ ਹੋਇਆ 2000 ਏਕੜ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਬਣਨਾ ਹੈ ਵਰਲਡ ਦਾ ਲਾਰਜੈਸਟ ਔਰ ਦੇਖਿਆ ਜਾਵੇ ਉਹ ਕਿੰਨੇ ਏਕੜ ਦੇ ਵਿੱਚ ਬਣੂਗਾ 10000 ਏਕੜ ਦੇ ਵਿੱਚ ਬਣੂਗਾ ਜਿਹਦੇ ਕਰਕੇ ਉਹ ਕੀ ਬਣ ਜਾਊਗਾ ਵਰਲਡ ਦਾ ਲਾਰਜੈਸਟ ਬਣ ਜਾਊਗਾ ਠੀਕ ਹੈ ਜੋ ਅਗਲੇ ਸਾਲ 2023 ਤੱਕ ਰੈਡੀ ਹੋ ਜਾਊਗਾ ਜੋ ਅਗਲੇ ਸਾਲ 2023 ਤੱਕ ਰੈਡੀ ਹੋ ਜਾਊਗਾ ਮੋਸਟ ਪ੍ਰੋਬਬਲੀ ਮਤਲਬ ਫਰਵਰੀ ਦੇ ਵਿੱਚ ਠੀਕ ਹੈ ਮੋਸਟ ਪ੍ਰੋਬਬਲੀ ਫਰਵਰੀ ਦੇ ਵਿੱਚ ਰੈਡੀ ਹੋ ਜਾਊਗਾ ਤਾਂ ਅਗਰ ਗੱਲ ਇਹ ਪੁੱਛਿਆ ਜਾਵੇ ਵੀ ਇਹ ਕਿਹੜੀ ਸਟੇਟ ਦੇ ਵਿੱਚ ਹੈ ਤਾਂ ਉਹਨੇ ਲਈ ਆਪਣੇ ਕੋਲ ਆਨਸਰ ਕੀ ਆ ਜਾਊਗਾ অপਸ਼ਨ ਬੀ ਹਰਿਆਣਾ और अपने की आजुगा ऑप्शन बी हरियाणा इस राइट आंसर नेक्स्ट क्वेश्चन देखो है, 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 इंडिया हैज़ इम्प्रूवड इट बाय डैश प्लेसेस सिंस 2015 व्हेन इट वाज रैंक्ड 81। वन कह रहा है 2015 दी गल करिए क्या दो हज़ार पंद्रह गल करिए इंडिया का रैंक 81 वन ਇੰਡੀਆ ਰੈਂਕ ਕਿੰਨਾ ਸੀ 81 ਸੀ ਓਕੇ ਥੋੜਾ ਜਿਹਾ ਕੁਐਸਚਨ ਇਨਕੰਪਲੀਟ ਹੈ ਠੀਕ ਹੈ ਇਹ ਵੀ ਕੁਐਸਚਨ ਦੇ ਵਿੱਚ ਲਿਖਿਆ ਜਾਊਗਾ ਕਿਹੜੇ ਇੰਡੈਕਸ ਦੇ ਕੋਈ ਨਹੀਂ ਗੱਲ ਕਰਦੇ ਆ ਠੀਕ ਹੈ ਤਾਂ ਅਕੋਰਡਿੰਗ ਟੂ ਇੱਥੇ ਮੈਂ ਲਿਖ ਦਿੰਦਾ ਅਕੋਰਡਿੰਗ ਟੂ ਜੀਆਈਆਈ ਇੰਡੈਕਸ ਗਲੋਬਲ ਇਨੋਵੇਸ਼ਨ ਇੰਡੈਕਸ ਹੁਣ ਠੀਕ ਹੈ ओके अकॉर्डिंग टू ग्लोबल इनोवेशन इंडेक्स कॉमा इंडिया हैज इंप्रूव्ड इट बाय डैश प्लेसेस सिंस 2015 व्हेन इट वाज रैंकड 81 ਹੁਣ ਕਹਿੰਦਾ 2015 ਦੇ ਵਿੱਚ ਜੇ ਅਗਰ ਰੈਂਕ ਕਰ ਦੀ ਗੱਲ ਕਰੀਏ ਕਿੰਨਾ ਸੀਗਾ 81 ਸੀਗਾ ਹੁਣ ਕਹਿੰਦਾ 2022 ਆ ਗਿਆ ਹੁਣ ਦੱਸੋ ਜਿੰਨਾ ਵੀ ਉਹਦਾ ਰੈਂਕ ਹੈ ਠੀਕ ਹੈ ਉਹਦੀ ਗੱਲ ਕਰਦੇ ਰਹਿ ਕੇ ਅਗਰ ਆਪਾਂ ਨੂੰ ਪਤਾ ਹੀ ਹੈ ਵੈਸੇ ਠੀਕ ਹੈ ਜੋ ਆਪਾਂ ਮਾਰਨਿੰਗ ਦੇ ਵਿੱਚ ਕੀਤਾ ਆਪਣੇ ਕੋਲ ਕਿਨਾਂ ਗਿਆ 40 ਉਹ ਪੁੱਛ ਰਿਹਾ ਵੀ ਇੱਥੋਂ ਦੀ ਲੈ ਕੇ ਉਰੇ ਤੱਕ ਜੋ ਨੇ ਜੰਪ ਕੀਤਾ ਉਹ ਜੰਪ ਕਿੰਨੀ ਪੁਜੀਸ਼ਨ ਦਾ ਕੀਤਾ ਇਹਦੇ ਵਿੱਚ ਡਾਇਰੈਕਟਸ ਦਾ 40 ਆਪਸ਼ਨ ਦੇ ਕੇ 40 ਆਨਸਰ ਨਾ ਕਰਦੇ ਹੋ ਸਿੱਧਾ ਹੀ ਐਦਾਂ ਠੀਕ ਹੈ ਐਦਾਂ ਸਿੱਧਾ ਆਪਸ਼ਨ ਨਾ ਕਰੋ ਜਿਹੜੇ ਕਰੇ 40 ਦੇ 41 ਐ ਆਪਸ਼ਨ ਆ ਵੀ ਰੱਖਿਆ ਸੀ ਤਾਂ ਆਪਣੇ ਕੋਲ ਆਨਸਰ ਕੀ ਆ ਜੂਗਾ ਆਪਸ਼ਨ ਬੀ 41 ਕਿ 41 ਪੁਜੀਸ਼ਨ ਦਾ ਉਹਨੇ ਜੰਪ ਕੀਤੀ ਹੈ 2015 ਤੋਂ 2022 ਦੇ ਵਿੱਚ ਮਤਲਬ ਇਹ 7 ਸਾਲਾਂ ਦੇ ਵਿੱਚ ਠੀਕ ਹੈ ਅਗਰ ਉਹਨੇ ਦੇਖਿਆ ਜਾਵੇ 2021 ਦੇ ਵਿੱਚ ਤਾਂ 2021 ਦੇ ਵਿੱਚ ਇਹਦੀ ਪੋਜੀਸ਼ਨ ਦੇਖਿਆ ਜਾਵੇ ਤਾਂ 2021 ਦੇ ਵਿੱਚ ਕਿੰਨੀ ਵੀ ਪੋਜੀਸ਼ਨ ਸੀਗੀ 46ਵੀਂ ਪੋਜੀਸ਼ਨ ਸੀਗੀ ਉਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ 2021 ਤੋਂ ਬਾਅਦ ਸੋਰੀ 20 ਦਾ ਵੀ ਦੇਖਿਆ ਜਾਵੇ ਤਾਂ ਆਪਣੇ ਕੋਲ ਕਿੰਨੀ ਆ ਜੂਗੀ 48 ਦੀ ਪੋਜੀਸ਼ਨ ਆ ਜੀ ਮਤਲਬ ਉਸ ਤੋਂ ਬਾਅਦ ਇਹਦਾ ਇੱਕ ਦੋ ਪੋਜੀਸ਼ਨਾਂ ਹੋ ਗਈਆਂ ਪੰਜ ਛੇ ਪੋਜੀਸ਼ਨਾਂ ਹੋ ਗਈਆਂ ਇਹਦਾ ਹਲਕਾ ਜਿਹਾ ਜੰਪ ਮਤਲਬ ਸ਼ਿਫਟ ਕਰਦੇ ਰਹੀ ਸੀ ਲੇਕਿਨ ਇਹ ਸਭ ਤੋਂ ਕਾਫੀ ਵਧੀਆ ਲੀਪ ਆਫ ਚੰਪ ਹੈ ਜਿਹੜਾ ਮਤਲਬ 7 ਸਾਲਾਂ ਦੇ ਵਿੱਚ ਲਿੱਤਾ ਹੋਇਆ ਹੈ ਓਕੇ ਚਲੋ ਨੈਕਸਟ ਕੁਐਸਚਨ ओके हां ਇਹ ਤਾਂ ਇਹਦੇ ਵਿੱਚ ਇੱਕ ਹੋਰ ਕੁਸ਼ਨ ਮੈਂ ਤੁਹਾਡੇ ਤੋਂ ਪੁੱਛਣਾ ਹੈ ਵੀ ਜਿਹੜਾ GIIA ਇੰਡੈਕਸ ਆਇਆ ਹੈ ਠੀਕ ਹੈ ਇਹ ਰਿਲੀਜ਼ ਜਿਹਨੇ ਕੀਤਾ ਹੈ ਲਿਸਟ ਬਾਈ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਇਹਨੇ ਰਿਲੀਜ਼ ਕੀਤਾ ਉਸ ਆਰਗੇਨਾਈਜੇਸ਼ਨ ਦਾ ਨਾਮ ਦੱਸੋ ਤੇ ਉਹਦੀ ਫੁੱਲ ਫਾਰਮ ਵੀ ਦੱਸ ਦਿਓ ਉਦੀ ਫੁੱਲ ਫਾਰਮ ਵੀ ਲਿਖਿਓ ਸਿਰਫ ਇਹਦਾ ਸ਼ਾਰਟ ਫਾਰਮ ਦੇ ਵਿੱਚ ਆਸਣਾ ਲਗਾ ਦਿਓ ਠੀਕ ਹੈ ਉਹ ਜੋ ਮਤਲਬ ਜੀਆਈਏ ਇੰਡੈਕਸ ਦੇ ਜੀਡੀ ਕੰਪਨੀ ਨੇ ਜਿਹੜੀ ਆਰਗੇਨਾਈਜ਼ੇਸ਼ਨਲ ਰਿਲੀਜ਼ ਕੀਤਾ ਹੈ ਉਹਦਾ ਨਾਮ ਮਤਲਬ ਜੋ ਐਬ੍ਰੀਵੀਏਸ਼ਨ ਦੇ ਵਿੱਚ ਲਿਖ ਰਹੇ ਸੀ ਤੇ ਉਹਦੀ ਫੁੱਲ ਫਾਰਮ ਦੋਨੇ ਚੀਜ਼ਾਂ ਦੱਸ ਦਿਓ ਓਕੇ ਚਲੋ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਕੀ ਹੈ ਵੈਨ ਵਾਸ ਐਮਟੀਪੀ ਐਕਟ ਵਾਸ ਲਾਸਟ ਅਮੈਂਡਡ ਇਨ ਓਕੇ ਉਨ ਐਮਟੀਪੀ ਐਕਟ ਦੀ ਗੱਲ ਕਰੀਏ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨਨਸੀ ਉਹਦੀ ਐਕਟ ਦੀ ਗੱਲ ਕਰੀਏ ਉਹਦੇ ਵਿੱਚ ਪੁੱਛ ਰਿਹਾ ਕਿ ਲਾਸਟ ਕਦੋਂ ਅਮੈਂਡਮੈਂਟ ਹੋਈ ਸੀ ਲਾਸਟ ਇਸ ਐਕਟ ਦੀ ਕਦੋਂ ਅਮੈਂਡਮੈਂਟ ਹੋਈ ਸੀ ਓਕੇ ਮੇਰੇ ਲਈ ਇਹ ਤਾਂ ਹੈ ਵੀ ਇਹ ਕੁਸ਼ਣ ਮੈਂ ਤੁਹਾਨੂੰ ਕਰਨ ਲਈ ਦਵਾ ਕਿਉਂ ਕਿਉਂ ਉਹਦੇ ਪਿੱਛੇ ਰੀਜ਼ਨ ਕੀ ਹੈ ਕਿਉਂਕਿ ਆਈ ਥਿੰਕ ਮੋਸਟਲੀ ਤੁਸੀਂ ਗਲਤ ਆਨਸਰ ਕਰ ਸਕਦੇ ਹੋ ਮੈਂ ਇਦਾਂ ਨਹੀਂ ਕਹਿ ਰਿਹਾ ਕਰੋਗੇ ਮੈਂ ਤਾਂ ਨਹੀਂ ਕਹ ਰਿਹਾ ਕਰੂੰਗਾ ਪਰ ਬੰਨੂ ਲੱਗ ਰਿਹਾ ਕੁਝ ਐ ਜਾ ਹੋ ਸਕਦਾ ਠੀਕ ਹੈ ਤਾਂ ਇਹਦੇ ਲਈ ਮੈਂ ਤੁਹਾਨੂੰ ਕੀ ਕਰੂੰਗਾ ਇਹ ਕੁਸ਼ਣ ਤੁਹਾਡੇ ਲਈ ਕਰੂੰਗਾ ਆਪਣੇ ਕਮੈਂਟ ਬਾਕਸ ਤੇ ਲਾਈਵ ਚੈਟ ਬਾਕਸ ਦੇ ਵਿੱਚ ਕਮੈਂਟ ਕਰਦੇ ਰਹੋ ਆਨਸਰ ਕਰਦੇ ਰਹੋ ਜੇ ਤੁਹਾਨੂੰ ਪਤਾ ਹੈ ਅਗਰ ਨਹੀਂ ਪਤਾ ਤੇ ਜਿਹੜੇ ਮਾਰਨਿੰਗ ਦੇ ਵਿੱਚ ਮੈਂ ਤੁਹਾਨੂੰ ਨੋਟਸ ਭੇਜੇ ਸੀਗੇ ਟੈਲੀਗ੍ਰਾਮ ਦੇ ਚੈਨਲ ਦੇ ਵਿੱਚ ਉਹ ਨੋਟਸ ਦੇ ਵਿੱਚੋਂ ਜਿਹੜੀ ਇਹ ਨਿਊਜ਼ ਸੀਗੀ ਅਬੋਰਸ਼ਨ ਵਾਲੀ ਉਸ ਨਿਊਜ਼ ਨੂੰ ਇੱਕ ਵਾਰੀ ਮਤਲਬ ਪ੍ਰੋਪਰਲੀ ਉਹ ਜਿਹੜੇ ਨੋਟਸ ਨੇ ਉਹਨੂੰ ਕੀ ਕਰ ਲਓ ਰੀਡ ਕਰ ਲਓ ਉਸ ਨੋਟਸ ਨੂੰ ਪ੍ਰੋਪਰਲੀ ਰੀਡ ਕਰ ਲਓ ਉਹਦੇ ਵਿੱਚ ਇੱਕ ਹਲਕੇ ਜਿਹੀ ਛੋਟੀ ਲਾਈਨ ਦੇ ਵਿੱਚ ਲਿਚੀ ਲਿਖੀ ਹੋਈ ਹੈ ਕਿ ਲਾਸਟ ਜਿਹੜੀ ਅਮੈਂਡਮੈਂਟ ਸੀ ਲਾਸਟ ਕਹਿ ਸਕਦੇ ਹੋ ਜਾਂ ਲੇਟੈਸਟ ਕਹਿ ਸਕਦੇ ਹੋ ਲੇਟੈਸਟ ਅਮੈਂਡਮੈਂਟ ਜਿਹੜੀ ਹੋਈ ਸੀ ਠੀਕ ਹੈ ਉਹ ਕਦੋਂ ਹੋਈ ਸੀ ਲੇਟੈਸਟ ਅਮੈਂਡਮੈਂਟ ਜਿਹੜੀ ਕਰ ਹੋਈ ਸੀ ਉਹ ਕਦੋਂ ਹੋਈ ਸੀ ਮਤਲਬ ਇਸ ਵਾਰ ਦੀ ਗੱਲ ਨਹੀਂ ਕਰ ਰਿਹਾ ਠੀਕ ਹੈ ਲਾਸਟ ਤੇ ਲੇਟੈਸਟ ਦਾ मीनिंग ਮੇਰਾ ਉਰੇ ਕੀ ਹੈ ਉਰੇ ਦੇਖੋ ਕੀ ਲਿਖਾ ਹੋਇਆ ਲਾਸਟ ਲਿਖਾ ਹੋਇਆ ਨਾ ਮਤਲਬ ਜਿਹੜੀ ਇਸ ਵਾਰ ਹੋਈ ਹੈ ਉਹ ਇਨਕਲੂਡਡ ਨਹੀਂ ਹੈ ਜਿਹੜੀ ਇਸ ਵਾਰ ਅਮੈਂਡਮੈਂਟ ਹੋਈ ਹੈ ਇਹ ਇਨਕਲੂਡਡ ਨਹੀਂ ਹੈ ਜਿਹੜੀ ਲਾਸਟ ਟਾਈਮ ਹੋਈ ਸੀ ਅਮੈਂਡਮੈਂਟ ਉਹ ਕਿਹੜੇ ਸਾਲ ਹੋਈ ਸੀ ਕਲੀਅਰ ਹੈ ਠੀਕ ਹੈ ਇਹ ਕੁਸ਼ਚਨ ਨੂੰ ਤੁਸੀਂ ਕਰਨਾ ਹੈ ਤੁਹਾਨੂੰ ਹਿੰਟ ਵੀ ਦੇਤੀ ਅਗਰ ਪਤਾ ਤਾਂ ਡਾਇਰੈਕਟ ਆਨਸਰ ਕਰੋ ਤਾਂ ਅਦਰਵਾਈਜ਼ ਨੋਟਸ ਤੋਂ ਇੱਕ ਵਾਰੀ ਗੋ ਥਰੂ ਹੋ ਜਿਓ ਓਕੇ ਨੈਕਸਟ ਮੁੱਖ ਮੰਤਰੀ ਦਾਰੀ ਪਲੱਸ ਯੋਜਨਾ ਵਾਸ ਰੀਸੈਂਟਲੀ ਲਾਂਚਡ ਬਾਈ ਵਿਚ ਸਟੇਟ ਗਵਰਨਮੈਂਟ ओके ਹੁਣ ਇੱਕ ਨਵੀਂ ਯੋਜਨਾ ਆਈ ਹੈ ਕਿਹੜੀ ਮੁੱਖ ਮੰਤਰੀ ਡੈਰੀ ਪਲੱਸ ਯੋਜਨਾ ਆਈ ਹੈ ਹੁਣ ਇਸ ਯੋਜਨਾ ਦੇ ਵਿੱਚ ਕੀਤਾ ਹੈ ਵੀ ਜਿਹੜੀ ਸਟੇਟ ਨੇ ਲਾਂਚ ਕੀਤੀ ਆ ਉਹ ਸਟੇਟ ਦੇ ਸੀਐਮ ਨੇ ਕੀ ਕਿਹਾ ਹੈ ਵੀ ਇਸ ਯੋਜਨਾ ਨਾਲ ਕੀ ਹੋਊਗਾ ਕਾਫੀ ਮਤਲਬ ਜਿਹੜੇ ਫਾਰਮਰਸ ਆ ਉਹਨਾਂ ਨੂੰ ਕਾਫੀ ਹੈਲਪ ਮਿਲੂਗੀ ਫਾਰਮਰ ਕਿਹੜੇ ਉਸ ਟਾਈਪ ਦੇ ਮਤਲਬ ਜਿਹੜੇ ਮਤਲਬ ਜਿਹੜੇ ਆਪਣੇ گاਵਾ ਮੱਜਾ ਦੇ ਵਿੱਚ ਮਤਲਬ ਕਰਤੇ ਆ ਡੇਲੀ ਕਰਦੇ ਜਾਂ ਐਨੀਮਲ ਹਸਬੈਂਡਰੀ ਦੇ ਵਿੱਚ ਰਹਿੰਦੇ ਨੇ ਠੀਕ ਆ ਔਰ ਇਹਦੇ ਦੇ ਵਿੱਚ ਠੀਕ ਆ ਜਿਹਦੇ ਵਿੱਚ ਮਤਲਬ ਉਹ ਦੁੱਧ ਦਿੰਦੇ ਆ ਜਾਂ ਹੋਰ ਚੀਜ਼ਾਂ ਦਿੰਦੇ ਆ ਠੀਕ ਹੈ ਉਦੀ ਗੱਲ ਕਰਦੇ ਠੀਕ ਹੈ ਤਾਂ ਉਹਨਾਂ ਨੇ ਉਹਨਾਂ ਦੀ ਹੈਲਪ ਕਰਨ ਲਈ ਮੋਸਟਲੀ ਉਹਨਾਂ ਨੇ ਕੀ ਕੀਤਾ ਐਸਸੀ ਐਸਟੀ ओबीसी ਹੋ ਗਿਆ ਜਨਰਲ ਹੋ ਗਿਆ ਇਹ ਸਾਰਿਆਂ ਦੀ ਹੈਲਪ ਲਈ ਉਹਨਾਂ ਨੇ ਇੱਕ ਨਵੀਂ ਸਕੀਮ ਚਲਾਈ ਹੈ ਇਸ ਸਕੀਮ ਦੇ ਵਿੱਚ ਉਹਨਾਂ ਨੇ ਮੇਨਲੀ ਕੁਝ ਨਹੀਂ ਕੀਤਾ ਉਹਨਾਂ ਦਾ ਮੇਨ ਪਰਪਸ ਕੀ ਇਹਦਾ ਸਾਰਾ ਜੀ ਹੈਲਪ ਕਰਨਾ ਪਲੱਸ ਫਾਰਮਰਸ ਦੀ ਹੈਲਪ ਕਰਨਾ ਉਹਦੇ ਲਈ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਬੁਫੈਲੋਸ ਮਤਲਬ ਉਹ ਦਿੱਤੀਆਂ ਨੇ ਦੋ ਦੋ ਬੁਫੈਲੋਸ ਦਿੱਤੀਆਂ ਦੋ ਬਫੈਲੋਸ ਸਾਰੇ ਫਾਰਮਰਸ ਨੂੰ ਦੇਣਗੇ ਠੀਕ ਆ ਜਿਹੜੇ ਦੋ ਬਫੈਲੋਸ ਉਣ ਗਿਆ ਉਹਨਾਂ ਦੇ ਨਾਮ ਕਾਫੀ ਮਤਲਬ ਹੋ ਸਕਦਾ ਨਾਮ ਤੋਂ ਮੇਰਾ ਮਤਲਬ ਕੀ ਮਤਲਬ ਹੈ ਉਹ ਜਿਹੜੀ ਬਫੈਲੋ ਸੀ ਉਹ ਕਿਹੜੀ ਬਰੀਡ ਦੀ ਸੀ ਇਹ ਜਿਆ ਕੁਸ਼ਨ ਆਪਣੇ ਨਾਲ ਪੁੱਛ ਸਕਦਾ ਹੈ ਕਮਾ ਕੇ ਵੀ ਉਹ ਕਿਹੜੀ ਬਰੀਡ ਦੀ ਸੀ ਉਦੀ ਗੱਲ ਕਰੀਏ ਤਾਂ ਬਰੀਡ ਆਪਣੇ ਕੋਲ ਕੀ ਆ ਜਾਊਗਾ ਮੂਰਾ ਬਰੀਡ ਦੀ ਜਿਹੜੀ ਬਫੈਲੋ ਸੀ ਉਹ ਦਿੱਤੀਆਂ ਗਈਆਂ ਸੀ ਠੀਕ ਹੈ ਮੂਰਾ ਬੀਡ ਦੀਆਂ ਜਿਹੜੇ ਦੋ ਬਫੈਲੋ ਸੀ ਉਹ ਦਿੱਤੇ ਗਏ ਸੀ ਹੁਣ ਇਹ ਬਰੀਡ ਦੀ ਗੱਲ ਕਰੀਏ ਤਾਂ ਇੱਕ ਦਿਨ ਦੇ ਵਿੱਚ ਇਹ 10 ਲੀਟਰ ਤੱਕ ਦਾ ਜਿਹੜਾ ਮਿਲਕ ਆ ਉਹ ਦਿੰਦੀ ਹੈ 10 ਲੀਟਰ ਤੱਕ ਦਾ ਦੁੱਧ ਦੇ ਦੇ ਵੈਸੇ ਇਨਫਾਰਮੇਸ਼ਨ ਨਹੀਂ ਜੁੜਨੀ ਹੈ ਠੀਕ ਹੈ ਕਿੰਨਾ ਦੁੱਧ ਦਿੰਦੀ ਹੈ ਕਿੰਨਾ ਨਹੀਂ ਦਿੰਦੀ ਹੈ ਮੈਟਰ ਦਿਖਾ ਦਿੰਦਾ ਠੀਕ ਹੈ ਓਕੇ ਇਹ ਹੋ ਗਿਆ ਇਹ ਹੋ ਗਿਆ ਓਕੇ ਹੁਣ ਜੋ ਇਹਨਾਂ ਨੇ ਐਸਸੀ ਤੇ ਐਸਟੀ ਨੂੰ ਪ੍ਰੋਵੀਜ਼ਨ ਦਿੱਤੀ ਔਰ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ 75% ਤੱਕ ਉਹਨਾਂ ਨੂੰ ਮਤਲਬ ਗ੍ਰਾਂਟ ਮਤਲਬ ਉਹ ਮਤਲਬ ਹੈਲਪ ਮਿਲੇਗੀ ਤੇ ਮਤਲਬ ਓਬੀਸੀ ਦੇ ਜਨਰਲ ਨੂੰ ਕਿੰਨੀ ਮਿਲੇਗੀ 50% ਤੱਕ ਇਹ ਹੈਲਪ ਕਰਨਗੇ ਠੀਕ ਹੈ ਅਗਰ ਪੁੱਛਿਆ ਜਾਵੇ ਕਿਹੜੀ ਸਟੇਟ ਦੀ ਗੱਲ ਕਰ ਰਹੇ ਆਪਾਂ ਆਪਾਂ ਆਪਸ਼ਨ ਏ ਮੱਧ ਪ੍ਰਦੇਸ਼ ਦੀ ਗੱਲ ਕਰਨਾ ਹੈ ਕਿਹੜੀ ਸਟੇਟ ਦੀ ਗੱਲ ਕਰ ਰਹੇ ਆਪਾਂ ਆ ਨੈਕਸਟ ਕੁਐਸਚਨ ਦੇਖੋ ਔਨ ਸਤੰਬਰ 13 ਦੀ ਰਿਜ਼ਰਵ ਬੈਂਕ ਆਫ ਇੰਡੀਆ ਇਨਕਰੀਸ ਇਸ ਰੈਪੋਰੇਟ ਫ੍ਰੋਮ ਡੈਸ਼ ਟੂ ਡੈਸ਼ ਹੁਣ ਮਤਲਬ ਕੱਲ ਮਤਲਬ ਆ ਆਰਬੀਆਈ ਨੇ ਕੀ ਕੀਤਾ ਇੱਕ ਕਮੇਟੀ ਦੇ ਵਿੱਚ ਬੈ ਕੇ ਉਹਨਾਂ ਨੇ ਕੀ ਕੀਤਾ ਕਿ ਐਮਪੀਸੀ ਕਮੇਟੀ ਸੀਗੀ ਐਮਪੀਸੀ ਕਮੇਟੀ ਸੀਗੀ ਇਸ ਕਮੇਟੀ ਦੇ ਵਿੱਚ ਅਗਰ ਗੱਲ ਪੁੱਛੀਏ ਤਾਂ ਇਸ ਕਮੇਟੀ ਦੇ ਹੈੱਡ ਕੋਨ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਵੈਸੇ ਮੈਂ ਦੱਸ ਹੀ ਦਿੱਤਾ ਮੈਂ ਪੁੱਛ ਵੀ ਸਕਦਾ ਸੀਗਾ ਠੀਕ ਹੈ ਚਲੋ ਮੈਂ ਤੁਹਾਡੇ ਤੋਂ ਹੀ ਪੁੱਛ ਲੈਂਦਾ ਠੀਕ ਹੈ ਤੁਹਾਡੇ ਤੋਂ ਬੇਬੀ ਕੁਝ ਸਟੂਡੈਂਟ ਨਵੇਂ ਹੋ ਸਕਦੇ ਠੀਕ ਹੈ ਐਮ ਪੀ ਸੀ ਇੱਕ ਕਮੇਟੀ ਹੈ ਠੀਕ ਹੈ ਇਸ ਕਮੇਟੀ ਦੀ ਫੁੱਲ ਫਾਰਮ ਕੀ ਹੈ ਉਹ ਵੀ ਕਮੈਂਟ ਕਰ ਦਿਓ ਠੀਕ ਹੈ ਇਹਦੇ ਹੈਡ ਕੋਨ ਨੇ ਉਹ ਦੱਸਣਾ ਉਹਨਾਂ ਦਾ ਨਾਮ ਕੀ ਹੈ ਉਹ ਜਿਹੜੇ ਹੈਡ ਨੇ ਉਹ ਕਿਸ ਪੋਜੀਸ਼ਨ ਤੇ ਨੇ ਠੀਕ ਹੈ ਤੇ ਉਹ ਕਿਹੜੀ ਮਤਲਬ ਆਰਗੇਨਾਈਜੇਸ਼ਨ ਮਤਲਬ ਕਿਹੜੀ ਮਤਲਬ ਡਿਪਾਰਟਮੈਂਟ ਹੈ ਜਿਹਦੀ ਉਹ ਪੋਜੀਸ਼ਨ ਤੇ ਨੇ ਠੀਕ ਹੈ ਇਹ ਸਾਰੇ ਚੀਜ਼ਾਂ ਹੁਣ ਜਿਹੜੇ ਵੀ ਉਹਦੇ ਹੈਡ ਨੇ ਮਤਲਬ ਐਮਪੀਸੀ ਕਮੇਟੀ ਦੇ ਜਿਹੜੇ ਹੈਡ ਸੀ ਉਹਨਾਂ ਜਿਹੜੇ ਵੀ ਜੋ ਵੀ ਪੋਜੀਸ਼ਨ ਹੈ ਉਹਨਾਂ ਵੱਲੋਂ ਇਹ ਸਟੈਪ ਲਿਤਾ ਗਿਆ ਕਿ ਇੱਕ ਆਰ ਮਤਲਬ ਰੈਪੋਰਟ ਨੂੰ ਇਨਕਰੀਸ ਕੀਤਾ ਗਿਆ ਹੁਣ ਰੈਪੋਰਟ ਦੇਖੋ ਐਸ ਕੁਸ਼ਨ ਨਾਲ ਵੀ ਆ ਸਕਦਾ ਹੈ ਇਸ ਤਰੀਕੇ ਨਾਲ ਵੀ ਆ ਸਕਦਾ ਹੈ ਵੀ ਜਿਹੜੀ ਰੈਪੋਰਟ ਹੈ ਉਹ ਕਿੰਨੇ ਬੇਸਿਸ ਪੁਆਇੰਟ ਦੀ ਇਨਕਰੀਸ ਹੋਈ ਹੈ ਉ ਕਿੰਨੇ ਬੇਸਿਕ ਪੁਆਇੰਟ ਦੀ ਇਨਕਰੀਸ ਹੋਈ ਹੈ ਅਗਰ ਤੁਹਾਨੂੰ ਇਹ ਵੀ ਪਤਾ ਹੈ ਤਾਂ ਇਹਦੇ ਵਿੱਚੋਂ ਵੀ ਕੁਝ ਆਪਾਂ ਡਿਡਕਟ ਕਰ ਸਕਦੇ ਹਾਂ ਦੇਖੋ ਅਗਰ ਇਹ ਪੁੱਛਿਆ ਜਾਵੇ ਕਿੰਨੇ ਬੇਸਿਸ ਪੁਆਇੰਟ ਦੀ ਇਨਕਰੀਸ ਹੋਈ ਹੈ ਤਾਂ ਉਹਦੇ ਵਿੱਚ ਆਪਣੇ ਕੋਲ ਕਿੰਨਾ ਆਜੂਗਾ 50 ਬੇਸਿਸ ਪੁਆਇੰਟ ਹੈ ਜਿਹੜਾ ਇਨਕਰੀਸ ਹੋਇਆ ਠੀਕ ਹੈ 50 ਦਾ ਗੈਪ ਦੇਖੋ ਉਰੇ ਦੇਖੋ ਉਰੇ ਗੈਪ 50 ਦਾ ਨਹੀਂ ਹੈ ਉਰੇ 40 ਦਾ ਮਤਲਬ ਇਹ ਚੀਜ਼ ਕੈਨਸਲ ਆਊਟ ਹੋ ਜੂਗੀ ਉਰੇ 50 ਦਾ ਗੈਪ ਹੈਗਾ ਤਾਂ ਇਹ ਆਪਸ਼ਨ ਦੇ ਵਿੱਚ ਹੈਗਾ ਉਰੇ ਦੇਖੋ 50 ਦਾ ਗੈਪ ਨਹੀਂ ਹੈ ਉਰੇ ਸਿਰਫ 10 ਦਾ ਗੈਪ ਹੈ ਤਾਂ ਇਹ ਆਪਸ਼ਨ ਵੀ ਕੈਨਸਲ ਆਊਟ ਹੋ ਗਈ ਉਰੇ ਦੇਖੋ ਉ ਉਰੇ 50 ਦਾ ਗੈਪ ਹੈ ਉਹ ਦੇਖਿਆ ਜਾਵੇ ਆਪਣੇ ਕੋਲ ਸਿਰਫ ਤੇ ਸਿਰਫ ਇਹ ਦੋ ਆਪਸ਼ਨਾਂ ਬਚੇ ਆ ਜਿਹਦੇ ਵਿੱਚ 50 ਦਾ ਗੈਪ ਹੈ ਹੁਣ ਬਾਕੀ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਅਗਰ ਮੈਂ ਤਾਂ ਇਹ ਦੇਖ ਰਿਹਾ ਸੀ ਮੇਬੀ ਸਾਰੀਆਂ ਹੀ ਡਿਫਰੈਂਸ ਹੋਣਗੇ ਠੀਕ ਹੈ ਜਿਹਦੇ ਕਰਕੇ ਤਾਂ ਰਾਈਟ ਆਨਸਰ ਦੀ ਗੱਲ ਕਰੇ ਰਾਈਟ ਆਨਸਰ ਆਪਣੇ ਕੋਲ ਕੀ ਆ ਆਪਸ਼ਨ B ਰਾਈਟ ਆਨਸਰ ਆਪਣੇ ਕੋਲ ਕੀ ਆ ਆਪਸ਼ਨ B ਜਿਹਦੇ ਵਿੱਚ ਆਪਾਂ ਨੂੰ ਕੀ ਪਤਾ ਕਿ ਪਹਿਲਾਂ ਕਿੰਨੀ ਸੀ 5.4 ਸੀਗੀ ਰੈਪੋਰਟ ਹੁਣ ਉਹਨਾਂ ਨੂੰ ਇਨਕਰੀਜ਼ ਕਰਕੇ ਕਿੰਨਾ ਕਰਤਾ 5.9% ਕਰਤੀ ਕਿੰਨੀ ਰੈਪੋਰਟ ਇਨਕਰੀਜ਼ ਕਰਤੀ 5.9% ਓਕੇ ਚਲੋ ਜੀ ਹਾਂਜੀ ਨੈਕਸਟ ਕੁਐਸਚਨ ਕੀ ਆ ਗਿਆ ਇਨ ਵਿਚ ਟੂ ਸਿਟیز 3d ਥਰਡ ਵੰਦੇ ਭਾਰਤ ਐਕਸਪ੍ਰੈਸ ਟੇਜ ਬੀਗਨ ਸਰਵਿਸ ਇਨ੍ਹਾਂ ਵਿੱਚੋਂ ਕਿਹੜੀ ਦੋ ਸਰਵਿਸ ਦੇ ਵਿੱਚ ਸੌਰੀ ਇਨ੍ਹਾਂ ਦੋ ਕਿ ਇਨ੍ਹਾਂ ਵਿੱਚੋਂ ਕਿਹੜੀ ਦੋ ਸਿਟੀਆਂ ਦੇ ਵਿੱਚ ਜਿਹੜੀ ਇਹ ਵੰਦੇ ਭਾਰਤ ਸਰਵਿਸ ਟ੍ਰੇਨ ਹੈ ਠੀਕ ਹੈ ਵੰਦੇ ਭਾਰਤ ਟ੍ਰੇਨ ਐਕਸਪ੍ਰੈਸ ਟ੍ਰੇਨ ਹੈ ਇਹ ਸਰਵਿਸ ਪ੍ਰੋਵਾਈਡ ਕਰਦੀ ਹੈ ਕਿਹੜੀ ਦੋ ਸਿਟੀਆਂ ਨੇ ਜਿਹਦੇ ਵਿੱਚ ਇਹ ਸਰਵਿਸ ਪ੍ਰੋਵਾਈਡ ਕਰਦੀ ਹੈ ਪਹਿਲੀ ਸਿਟੀ ਆਹ ਹੋਗੀ ਜਿੱਥੋਂ ਸਟਾਰਟ ਹੋਈ ਦੂਜੀ ਸਿਟੀ ਆਹਰੀ ਜਿੱਥੇ ਖਤਮ ਹੋਈ ਠੀਕ ਹੈ ਇਸ ਤੋਂ ਸਿਵਾ ਮੇ ਕੋਈ ਹੋਰ ਫਰਦਰ ਕੁਸ਼ਨ ਨਹੀਂ ਠੋਡੇ ਲਈ ਠੀਕ ਹੈ ਰਿਵਾਈਜ਼ ਰਿਵੀਜ਼ਨ ਹੋ ਗਿਆ ਤਾਂ ਰਿਵੀਜ਼ਨ ਚੰਗੀ ਤਰ੍ਹਾਂ ਹੀ ਕਰੋ ਇਹਦੇ ਵਿੱਚ ਦੱਸੋ ਟੋਟਲ ਕਿੰਨੇ ਸਟੇਸ਼ਨ ਨੇ ਜਿਹੜੇ ਇਹਦੇ ਵਿੱਚ ਨੇ ਉਹ ਸਟੇਸ਼ਨ ਦੇ ਨਾਮ ਕੀ ਨੇ ਕਿਹੜੇ ਕਿਹੜੇ ਸਟੇਸ਼ਨ ਤੇ ਰੁੱਕੇ ਜਾਊਗੀ ਇਹ ਪਤਾ ਹੋਣਾ ਚਾਹੀਦਾ ਕਿਉਂ ਪਤਾ ਕਿਉਂ ਹੋਣਾ ਚਾਹੀਦਾ ਉਹਦੇ ਪਿੱਛੇ ਰੀਜ਼ਨ ਹੈ ਰੀਜ਼ਨ ਕੀ ਹੈ ਵੀ ਜਿਹੜੇ ਵੀ ਸਟੇਸ਼ਨ ਨੇ ਮੋਸਟਲੀ ਉਹ ਮਤਲਬ ਇੱਕ ਸਟੇਟ ਦੇ ਵਿੱਚ ਨੇ ਠੀਕ ਹੈ ਤਾਂ ਉਹ ਸਟੇਟ ਮਤਲਬ ਕਾਫੀ ਇੰਪੋਰਟੈਂਟ ਹੈ ओके फर्दर अगर देखा जावे ता मैच तो थोटर पूछ रहा एरे बारे पूछ रहे फर्स्ट जेडी बंदे भारत ट्रेन पहली जेडी बंदे बारे ट्रेन ना ओदे बारे गल पूछ रहे ए स्टार्ट कदो हुई सी ए स्टार्ट कदो हुई सी एडा रूट की है। ਏ ਬੰਦੇ ਬਾਰੇ ਮਤਲਬ ਪਹਿਲੀ ਜਿਹੜੀ ਬੰਦੇ ਬਾਰੇ ਟ੍ਰੇਨ ਸੀ ਉਹਦਾ ਰੂਟ ਕੀ ਹੈ ਇਹ ਵੀ ਤੁਹਾਡੇ ਨੂੰ ਪੁੱਛਿਆ ਠੀਕ ਹੈ ਮਤਲਬ ਏ ਕਮੈਂਟ ਵੀ ਕਰਨਾ ਹੈ ਇਹਦੇ ਆਨਸਰ ਵੀ ਕਰਨੇ ਆ ਜਿਹੜੀ ਆਹ ਦੋ ਚੀਜ਼ਾਂ ਪੁੱਛੀਆਂ ਇਹਦੇ ਆਨਸਰ ਵੀ ਕਰ ਦਿਓ ਇਹਨਾਂ ਚੋਂ ਰਾਈਟ ਆਨਸਰ ਕੀ ਆ ਆਪਣਾ ਠੀਕ ਹੈ ਤੇ ਪਲੀਜ਼ ਇਹ ਜਿਹੜੇ ਕੁਐਸਚਨ ਪੁੱਛਦਾ ਉਹਦੇ ਆਨਸਰ ਕਰ ਦਿਓ ਕਿਉਂਕਿ ਕੱਲ ਦੀ ਜਿਹੜੇ ਮੈਂ ਕੁਐਸਚਨ ਪੁੱਛੇ ਸੀ ਕਿਸੇ ਨੇ ਉਹਦਾ ਆਨਸਰ ਨਹੀਂ ਦਿੱਤਾ ਸੀ ਠੀਕ ਹੈ ਕਿਉਂਕਿ ਕੱਲ ਇੱਕ ਕੁਐਸਚਨ ਪੁੱਛਿਆ ਸੀ ਨਾ ਵੀ ਉੜੀਸਾ ਦੇ ਵਿੱਚ ਉੜੀਸਾ ਦੇ ਵਿੱਚ ਅਗਰ ਮੈਨੂੰ ਪੁੱਛਿਆ ਜਾਵੇ ਸਭ ਤੋਂ ਪਹਿਲੇ ਫੀਮੇਲ ਮਤਲਬ ਸੀਐਮ ਕੌਣ ਸੀ ਤਾਂ ਉਹਦੇ ਵਿੱਚ ਆਪਣੇ ਕੋਲ ਆਨਸਰ ਕੀ ਸੀਗਾ ਨੰਦਨੀ ਤਾਂ ਉਹਦੇ ਵਿੱਚ ਆਪਣੇ ਕੋਲ ਆਨਸਰ ਕੀ ਸੀਗਾ ਨੰਦਨੀ ਹੁਣ ਉਹਨਾਂ ਦਾ ਇੱਕ ਹੋਰ ਨੇਮ ਵੀ ਸੀਗਾ ਠੀਕ ਹੈ ਅਗਰ ਉੜੀਸਾ ਦੀ ਗੱਲ ਕਰ ਰਹੇ ਆ ਉੜੀਸਾ ਦੀ ਗੱਲ ਕਰ ਰਹੇ ਆ ਉਹਨਾਂ ਦਾ ਮਤਲਬ ਅਗਰ ਗੱਲ ਕਰਦੇ ਆ ਫਸਟ ਫੀਮੇਲ ਸੀਐਮ ਦੀ ਗੱਲ ਕਰ ਰਹੇ ਆ ਤਾਂ ਉਹਨਾਂ ਵਿੱਚ ਕਿੰਨਾ ਕਿੰਨਾ ਨਾਮ ਆਉਂਦਾ ਸੀ ਨੰਦਨੀ ਜੀ ਦਾ ਨਾਮ ਹੁੰਦਾ ਸੀ ਠੀਕ ਹੈ ਲਾਸਟ ਨੇਮ ਆ ਥੋੜਾ ਭੁੱਲ ਰਿਹਾ ਬਟ ਸਟਿਲ ਠੀਕ ਹੈ ਉਹਨਾਂ ਦਾ ਨਾਮ ਹੁੰਦਾ ਸੀ ਇਹਨਾਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹਦੀ ਗੱਲ ਕਰੀਏ ਇਸ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਕਿਸੇ ਨੇ ਵੀ ਨਾ ਤਾਂ ਕਮੈਂਟ ਕੀਤਾ ਨਾ ਲਾਈਵ ਚੈਟ ਬਾਕਸ ਦੇ ਵਿੱਚ ਲਿਖਿਆ ਸੀ ਠੀਕ ਹੈ ਇਹ ਨਾਮ ਵੀ ਦੇਖੋ ਆਪਣੇ ਲਈ ਇੰਪੋਰਟੈਂਟ ਹੈ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਵੀ ਆਪਣੇ ਲਈ ਕਾਫੀ ਇੰਪੋਰਟੈਂਟ ਹੁੰਦੀਆਂ ਓਕੇ ਚਲੋ ਹਾਂਜੀ ਦੈਟਸ ਆਲ ਫॉर ਟੂਡੇ ओके ਜਿਹੜੀ ਇਹ ਕਲਾਸ ਹੈ ਮੰਡੇ ਤੋਂ ਸੈਚਰਡੇ ਸੋਮਵਰ ਤੋਂ ਲੈ ਕੇ ਸ਼ਨੀਵਾਰ ਤਹਾਨੂੰ ਰੋਜ਼ ਸクセਸਟੀ ਪੰਜਾਬ ਦੇ ਚੈਨਲ ਤੇ ਰਾਤੀ 9 ਵਜੇ ਦੇਖਣ ਨੂੰ ਮਿਲੂਗੀ ਜਿਹਦੇ ਵਿੱਚ ਤੁਸੀਂ ਆਪਣੀ ਰਿਵੀਜ਼ਨ ਕਰ ਸਕਦੇ ਹੋ 5 ਜਾਂ 10 ਮਿੰਟ ਦੇਣਿਆ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਦੇਣਾ ਸਾਡੀ ਸਾਰੀ ਰਿਵੀਜ਼ਨ ਹੋ ਜਾਊਗੀ ਫਦਰ ਕੁਝ ਐਕਸਟਰਾ ਵੀ ਚੀਜ਼ ਤੁਹਾਨੂੰ ਪਰ ਚਲੂਗੀ ਓਕੇ 댓्स ऑल फॉर ਟੁਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਚਾਹੇਂਦ